देख रहे हो सांझ टीवी न्यूज पोर्टल। लोकसभा चोणां नूं लैके एसडीएम फ्लोर राजेश शर्मा ने 19 मई नूं पंजाब विच हो रहीआं चोणां दे संबंध विच पुलिस प्रशासन ते फ्लोर हलके दे सुपरवाइजरां नाल इक मीटिंग कीती। इस मौके एसडीएम फ्लोर राजेश शर्मा ने कहा कि चोणां अमन अमान नाल होणीआं चाहीदीआं हन तां कि वोटर बिना किसे डर ते दबाव ते अपनी वोट दा इस्तेमाल कर सकन। उन्हां दस्सिआ कि इस मीटिंग विच सुपरवाइजरां नूं कहा गया है कि फ्लोर हलके दे 236 बूथां ते सुपरवाइजर आप जाके चैक करन तां कि पता लग सके कि हर बूथ ते बिजली पानी दा इंतजाम है ते जो हैंडीकैप्ड वोटर हन उन्हां दे चढ़न ते उतरन दा इंतजाम होना चाहिदा है। इस दे नाल ही सुपरवाइजर ए भी चेक करनगे कि केड़ा पिंड संवेदनशील है अते उस दे आधार ते ही इलेक्शन कमीशन उन्हां बूथां ते पैरा मिलिट्री फोर्स ज्यादा भेजेगा। उन्हां दस्सिया कि मंगलवार तक सुपरवाइजर रिपोर्ट देणगे। अज जिस तरह के तुहानू पता ही है कि इलैक्शन कमीशन ऑफ इंडिया वालों पार्लियामेंट इलैक्शन अनाउंस कर दिती गई है। पंजाब दे विच 19 मई नूं वोटां पोल होणियां ने। इस बारे अज एक मीटिंग बुलाई गई सी, उस दे विच साडे सैक्टर ऑफिसर और सारे पुलिस ऑफिसर्स भी आए सीगे, सारे मेरे एरिए दे SHO और DSP उन्होंने भी बुलाया गया सीगा। अज दी मीटिंग दा मेन मकसद ये सी कि साडे जिस तरह के टोटल 236 बूथ ने, हर एक सुपरवाइजर नूं ये डायरेक्शन दिती गई है कि दोबारा वो हर एक बूथ परसनली चैक करन ਅਤੇ ਦੇਖ ਰਹੇ ਹਨ ਵੀ ਹਰ ਇੱਕ ਬੂਥ ਦੇ ਉੱਪਰ ਪ੍ਰੋਪਰ ਬਿਜਲੀ ਦਾ ਪਾਣੀ ਦਾ ਅਰੇਂਜਮੈਂਟ ਹੈ ਔਰ PWD ਜਿਹੜੇ ਸਾਡੇ ਹੈਂਡੀਕੈਪ ਵੋਟਰਸ ਨੇ ਉਹਨਾਂ ਦੇ ਚੜ੍ਹਨ ਲਈ ਰੈਂਪ ਵਗੈਰਾ ਬਣੇ ਹੋਏ ਨੇ। ਇਸ ਤੋਂ ਇਲਾਵਾ ਉਹਨਾਂ ਨੂੰ ਇਹ ਵੀ ਕਿਹਾ ਹੈ ਕਿ ਵਰਨੇਬਿਲਟੀ ਦੇ ਵਿੱਚ ਅਸੀਂ ਉਹ ਏਰੀਆ ਲੈਂਦੇ ਹਾਂ ਵੀ ਜਿੱਥੇ ਕਿਸੇ ਵੋਟਰ ਨੂੰ ਡਰਾਇਆ ਜਾਂ ਧਮਕਾਇਆ ਜਾ ਸਕਦਾ ਹੈ ਵੋਟ ਪਾਉਣ ਤੋਂ, ਜਾਂ ਕਿਸੇ ਵੋਟਰ ਨੂੰ ਲਾਲਚ ਦਿੱਤਾ ਜਾ ਸਕਦਾ ਹੈ ਵੋਟ ਪਾਉਣ ਲਈ, ਉਹ ਵੀ ਇਹਨਾਂ ਨੂੰ ਕਿਹਾ ਵੀ ਆਪਣੇ ਏਰੀਏ ਆਇਡੈਂਟੀਫਾਈ ਕਰੋ। ਇਸ ਦੇ ਲਈ ਮੈਂ ਇਹਨਾਂ ਨੂੰ ਕਿਹਾ ਕਿ ਪਰਸੋਂ ਇਹਨਾਂ ਨੂੰ ਡਾਇਰੈਕਸ਼ਨ ਵੀ ਦੇ ਦਿੱਤੀ ਹੈ ਵੀ ਆਪਣੇ ਆਪਣੇ ਏਰੀਏ ਦੇ SHO ਨਾਲ ਬੈਠ ਕੇ ਫਿਰ ਪਿੰਡਾਂ ਦੇ ਵਿੱਚ BLO ਨੂੰ ਲੈਣਗੇ, ਉਹਨਾਂ ਨਾਲ ਕਰਕੇ ਸਾਰਾ ਵਰਨੇਬਲ ਵੀ ਕਿਹੜਾ ਬੂਥ ਵਰਨੇਬਲ ਹੈ ਔਰ ਕਿਹੜਾ ਏਰੀਆ ਵਰਨੇਬਲ ਹੈ ਉਹਦੀ ਰਿਪੋਰਟ ਇਹ ਮੰਗਲਵਾਰ ਤੱਕ ਸਬਮਿਟ ਕਰਨਗੇ। ਉਸ ਇਹਨਾਂ ਦੀ ਰਿਪੋਰਟ ਦੇ ਆਧਾਰ 'ਤੇ ਪੋਲਿੰਗ ਵਾਲੇ ਦਿਨ 19 ਤਰੀਕ ਨੂੰ ਸਰਕਾਰ ਨੇ BSF CRP ਪੈਰਾਮਿਲਟਰੀ ਫੋਰਸਿਸ ਨੇ ਜਿਹੜੀਆਂ ਉਹਨਾਂ ਦੀ ਤੈਨਾਤੀ ਕਰਨੀ ਹੁੰਦੀ ਹੈ, ਮਾਈਕਰੋ ਅਬਜ਼ਰਵਰ ਤੈਨਾਤ ਕਰਨੇ ਹੁੰਦੇ ਹੈ ਔਰ ਵੈਬ ਕੈਮਰਾ ਵੀ ਲਗਾਉਣੇ ਹੁੰਦੇ ਹੈ ਤਾਂ ਕਿ ਪੋਲਿੰਗ ਵਾਲੇ ਦਿਨ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਏ। ਇਸ ਮੈਂ ਆਪਣੇ ਵੱਲੋਂ ਅਤੇ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਇਨਸ਼ੋਰ ਕਰਨਾ ਹੈ ਕਿ 100% ਜਿਹੜੀ ਪੋਲਿੰਗ ਹੈ ਫਰੀ ਐਂਡ ਫੇਅਰ ਹੋਵੇ ਔਰ ਕਿਸੇ ਵੀ ਵੋਟਰ ਨੂੰ ਡਰਾਉਣ ਜਾਂ ਧਮਕਾਉਣ ਦਾ ਮੌਕਾ ਨਹੀਂ ਦਿੱਤਾ ਜਾਏਗਾ ਔਰ ਇਹ ਵੀ ਕੋਸ਼ਿਸ਼ ਕੀਤੀ ਜਾਏਗੀ ਵੀ ਕਿਸੇ ਕੋਈ ਵੀ ਵੋਟਰ ਲਾਲਚ ਦੇ ਵਿੱਚ ਆ ਕੇ ਵੋਟ ਨਾ ਪਾਵੇ। ਇਹ ਸਾਰੇ ਜਿਹੜੇ ਹੈਗੇ ਅਸੀਂ ਇਸਦਾ ਦੇ ਬੂਥ ਉੱਤੇ ਪਹਿਲਾਂ ਹੀ ਆਈਡੈਂਟੀਫਾਈ ਕਰ ਲੈਣੇ ਆ ਔਰ ਉੱਥੇ ਇਹਨਾਂ ਬੂਥ ਦੇ ਉੱਤੇ ਐਡੀਸ਼ਨਲ ਫੋਰਸ ਜਿਹੜੀ ਹੈ ਉਹ ਫਿਰ ਡਿਪਿਊਟ ਕਰਾਂਗੇ ਤਾਂ ਕਿ ਲਾ ਐਂਡ ਆਰਡਰ ਬਿਲਕੁਲ ਹੀ ਸਾਡੇ ਹੱਥ 'ਚ ਰਹੇ ਔਰ ਕਿਸੇ ਵੋਟਰ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਾ ਆਵੇ। ਇਸ ਮੌਕੇ DSP ਦਵਿੰਦਰ ਅਤਰੀ, SHO ਪ੍ਰੇਮ ਸਿੰਘ, ਬਾਬੂ ਹੰਸਰਾਜ ਤੇ ਫਲੋਰ ਹਲਕੇ ਦੇ ਸੁਪਰਵਾਈਜ਼ਰ ਹਾਜ਼ਰ ਸਨ। ਫਲੋਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ TV ਨਿਊਜ਼ ਪੋਰਟਲ।